ਕਿ ਮੀਆਂ ਨਵਾਸ਼ ਸ਼ਰੀਫ ਦੀ ਵਾਪਸੀ ਕਾਫੀ ਦਿਨਾਂ ਤੋਂ ਅਸੀਂ ਵੀ ਤੁਹਾਨੂੰ ਕਹਿ ਰਹੇ ਹਾਂ ਔਰ ਬਣੀ ਗਾਲਾ ਦੇ ਵਿੱਚ ਵੀ ਰੌਲੇ ਜਿਹੜੇ ਨੇ ਉਹ ਪੈ ਨੇ ਬੜੇ ਜਾਦੂ ਟੂਣੇ ਵੀ ਹੋ ਰਹੇ ਨੇ ਬਣੀ ਗਾਲਾ ਦੇ ਵਿੱਚ ਔਰ ਬੜੀ ਤੋੜ-ਫੋੜ ਜਿਹੜੀ ਉਹ ਵੀ ਹੋ ਰਹੀ ਹੈ ਹਸਬੇ ਮਹਮੂਦ ਤੁਹਾਨੂੰ ਪਤਾ ਹੈ ਕਿ ਜਦੋਂ ਖਾਨ ਸਾਹਿਬ ਗੁੱਸੇ ਚ ਆਂਦੇ ਨੇ ਔਰ ਉਹ ਆਪਣੀ ਇੱਕ ਖਾਸ ਹਾਲਤ ਦੇ ਵਿੱਚ ਹੁੰਦੇ ਨੇ ਔਰ ਉਪਰੋਂ ਉਹਨਾਂ ਨੂੰ اے ਆਈਬੀ ਜਿਹੜੀ ਹੈ ਉਹ ਰਿਪੋਰਟ ਦੇ ਦੇ ਕਿ ਖਾਨ ਸਾਹਿਬ ਨਵਾਂ ਸ਼ਰੀਫ ਆ ਰਿਹਾ ਏ ਔਰ ਉਸ ਤੋਂ ਬਾਅਦ ਉਹਦੀ ਕੀ ਹਾਲਤ ਹੁੰਦੀ ਏ ਉਹ ਅਸੀਂ ਤੁਹਾਨੂੰ ਦੱਸਨੇ ਆ ਜਦੋਂ ਉਹਨੂੰ ਪਤਾ ਲੱਗਾ ਉਹ ਆਪਣੀ ਇੱਕ ਖਾਸ ਮਕਸੂਸ ਹਾਲਤ ਦੇ ਵਿੱਚ ਹੀ ਆਈਬੀ ਨੇ ਰਿਪੋਰਟ ਦਿੱਤੀ ਕਿ ਮੀਆਂ ਆ ਰਿਹਾ ਤੇ ਤੇਰੀ ਮੰਜੀ ਜਿਹੜੀ ਹੈ ਉਹ ਠੁੱਕ ਗਈ ਉਸ ਤੋਂ ਬਾਅਦ ਉਹਨੇ ਘਰ ਦੇ ਵਿੱਚ ਤੋੜ ਫੋੜ ਸ਼ੁਰੂ ਕਰ ਦਿੱਤੀ ਮਾਰਨਾ ਸ਼ੁਰੂ ਕਰ ਦਿੱਤਾ ਪਿਟਣਾ ਸ਼ੁਰੂ ਕਰ ਦਿੱਤਾ ਅਲਮਾਰੀਆਂ ਮੇਜ਼ ਸ਼ੀਸ਼ੇ ਖਿੜਕੀਆਂ ਗਲਾਸ ਕੱਪ ਸਭ ਕੁਝ ਤੋੜ ਦਿੱਤਾ ਔਰ ਉਸ ਤੋਂ ਬਾਅਦ ਜਿਹੜਾ ਉਸ ਤੋਂ ਕਿਹਾ ਸੀ ਕਿ ਨੇ ਅਜਾਸ ਬੁਲਾਇਆ ਔਰ ਸਾਬਰ ਸ਼ਾਕਰ ਉਹਨਾਂ ਦਾ ਔਰ ਕਿਹਾ ਕਿ ਇਹ ਮੀਆਂ ਦੇ ਪਿੱਛੇ ਹੁਣ ਚੜ ਜਾਓ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਹੁਣ ਜਿਹੜੀ ਤਾਜ਼ਾ ਤਰੀਨ ਹੈ ਕਿਰਨਵਾਸ਼ ਸ਼ਰੀਫ ਦੀ ਵਾਪਸੀ اور ਉਹ ਵਾਪਸੀ ਜਿਹੜੀ ਹੈ ਤਿੰਨ ਮਮਾਲਕ ਨੇ ਜਿਹੜੇ ਉਸ ਵਾਪਸੀ ਦੇ ਵਿੱਚ ਐਜ਼ ਅ ਗਰੰਟਰ ਇਨਵਾਲਵ ਹੋ ਚੁਕੇ ਨੇ। اور ਉਹ ਮੁਲਕ ਨੇ ਜਿਹੜੇ ਪਾਕਿਸਤਾਨ ਦੇ ਬਹੁਤ ਅੱਛੇ ਦੋਸਤ ਔਰ ਖੈਰਖਾਨ ਹੈ। ਉਹਨਾਂ ਮੁਲਕਾਂ ਨੇ ਜਦੋਂ ਇਹ ਸਾਰੀ ਸੂਤੇ ਹਾਲ ਪਾਕਿਸਤਾਨ ਦੀ ਵੇਖੀ ਕਿਉਂਕਿ ਉਹਨਾਂ ਵਿੱਚ ਦੋ ਮੁਲਕ ਐਸੇ ਨੇ ਜਿਨ੍ਹਾਂ ਦੀ ਪਾਕਿਸਤਾਨ ਨਾਲ ਦੋਸਤੀ ਦਾ ਮਿਆਰ ਜਿਹੜਾ ਹੈ ਉਹ ਇਸ ਲੈਵਲ ਤੱਕ ਕਿ ਉਹ ਸਮਝ ਨੇ ਕਿ ਸਾਡਾ ਇਹ ਮੁਸਲਮਾਨ ਭਾਈ ਮੁਲਕ ਹੈ ਔਰ ਇਹ ਐਟਮੀ ਤਾਕਤ ਹੈ ਔਰ ਅਗਰ ਇਹ ਐਟਮੀ ਤਾਕਤ ਹੈ ਤੇ ਇਹਨਾਂ ਦੀ ਤਾਕਤ ਜਿਹੜੀ ਹੈ ਇਹ ਸਾਡੀ ਤਾਕਤ ਹੈ ਇਹ ਇਸਲਾਮੀ ਤਾਕਤ ਹੈ ਔਰ ਉਹਨਾਂ ਨੇ ਜਦੋਂ ਇਸ ਸਾਰਾ ਸੂਰਤ ਹਾਲ ਵੇਖੀ ਕਿ ਇਹ ਤੇ ਬੇੜਾ ਗਰਗ ਹੋ ਚੁੱਕਿਆ ਹੈ ਇਹ ਤੇ ਆਠਵੀਂ ਪ੍ਰੋਗਰਾਮ ਜਿਹੜਾ ਹੈ ਇਹ 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 ਰੋਲ ਬੈਕ ਵਾਲੇ ਪਾਸੇ ਗੱਲ ਜਾਂਦੀ ਹੈ ਤੇ ਉਹਨਾਂ ਨੇ ਫਿਰ ਵੱਡੇ ਜਿਹੜੇ ਲੋਕ ਨੇ ਪਾਕਿਸਤਾਨ ਦੇ ਦੋ ਚਾਰ ਕਰਤਾ ਦਰਤਾ ਉਹਨਾਂ ਨੂੰ ਕਿਹਾ ਕਿ ਹਜ਼ੂਰ ਕਿੰਨੀ ਕੁ ਦੇਰ ਤੱਕ ਤੁਸੀਂ ਇਹ ਚੱਕਲਾ ਜਿਹੜਾ ਇਹ ਚਲਾਣਾ ਇਹ ਦੋ ਇਹ ਦੋ ਮੁਲਕਾਂ ਦੀ ਮੈਂ ਗੱਲ ਕਰ ਰਿਹਾ ਸਿਰਫ ਅਜੇ ਮੁਲਕ ਤਿੰਨ ਨੇ ਤੀਤੀਜੀ ਹਲ ਬਿਆਨ ਨੇ ਆ ਇਹ ਜਿਹੜੇ ਦੋ ਮੁਲਕ ਨੇ ਇਹ ਮੁਸਲਮਾਨ ਮੁਲਕ ਨੇ ਇਹਨਾਂ ਨੇ ਕਿਹਾ ਕਿ ਹਜ਼ੂਰ ਇਹ ਕਿੰਨੀ ਕਿੰਨੀ ਦੇਰ ਤੱਕ ਇਹ ਚੱਕਲਾ ਤੁਸੀਂ ਚਲਾਣਾ ਕਿਆ ਕੋਈ ਫਿਕਰ ਨਹੀਂ ਆਬਾਵੇਂ ਪਾਕਿਸਤਾਨ ਦੀ ਜਾਂ ਤੁਹਾਡੇ ਜਿਹੜੇ ਐਟਮੀ ਅਸਾਸੇ ਨੇ ਜਿਨ੍ਹਾਂ ਤੇ ਸਾਨੂੰ ਵੀ ਫਖਰ ਹੈ ਤੁਹਾਡੇ ਨਾਲ ਔਰ ਤੁਸੀਂ ਹਮੇਸ਼ਾ ਅੱਛੇ ਬੁਰੇ ਵਕਤ ਦੇ ਵਿੱਚ ਸਾਡੀ ਮਦਦ ਕਰਦੇ ਹੋ ਆਪਣੀ ਫੌਜ ਵੀ ਭੇਜਦੇ ਹੋ ਆਪਣੀ ਟ੍ਰੇਨਿੰਗ ਵੀ ਦਿੰਦੇ ਹੋ ਸਾਨੂੰ ਔਰ ਸਾਨੂੰ ਤੁਹਾਡੇ ਤੇ ਫਖਰ ਹੁੰਦਾ ਤੇ ਅੱਜ ਤਰ੍ਹਾਂ ਹਾਂ ਜੋਗੇ ਵੀ ਪੈਸੇ ਨਹੀਂ ਤੇ ਕਿੰਨੀ ਦੇਰ ਤੱਕ ਤੁਸੀਂ ਆ ਗੇਮ ਜਿਹੜੀ ਇਹ ਤਬਦੀਲੀ ਵਾਲੀ ਚਲਾਨੀ ਹੈ ਕਿ ਆ ਬਣ ਗਿਆ ਜਿਨਾਵਾ ਪਾਕਿਸਤਾਨ ਹੀ ਹਜੇ ਕੋ ਕਸਰ ਹੈ ਜੇ ਕੋ ਕਸਰ ਹੈ ਜੇ ਤਾਂ ਟਾਈਮ ਨਾਲ ਕੱਢ ਲੋ ਤੇ ਇਹਨੂੰ ਪੈਕ ਅਪ ਕਰੋ ਕਿਉਂਕਿ ਇਹ ਮੁਸਲਮ ਉਮਾ ਵਾਸਤੇ ਠੀਕ ਨਹੀਂ ਇਹ ਜੋ ਹਾਲਾਤ ਪਾਕਿਸਤਾਨ ਦੇ ਹੋ ਰਹੇ ਨੇ ਕਿਉਂਕਿ ਉਹ ਸਮਝਦੇ ਨੇ ਕਿ ਇਹ ਜਿਹੜਾ ਐਟਮੀ ਪ੍ਰੋਗਰਾਮ ਹੈ ਇਹ ਸਾਡਾ ਵੀ ਉਹ ਨਹੀਂ ਫਖਰ ਜਿਨਾ ਤੁਹਾਡਾ ਪਾਕਿਸਤਾਨੀਆਂ ਦਾ ਕਿਉਂਕਿ ਮੁਸਲਮਾਨਾਂ ਦੇ ਕੋਲ ਪਹਿਲੀ ਤਾਕਤ ਆਸੀ ਇਹ ਨੂੰ ਪੈਕਅਪ ਕਰੋ ਇਹ ਤਬਦੀਲੀ ਬਹੁਤ ਜ਼ਿਆਦਾ ਹੋ ਗਈ ਹੈ ਹੁਣ ਇੰਨੀ ਜ਼ਿਆਦਾ ਤਬਦੀਲੀ ਨਹੀਂ ਚਾਹੀਦੀ ਇਹਨੂੰ ਪੈਕਅਪ ਕਰੋ ਤੇ ਆਪਣੇ ਮੁਲਕ ਔਰ عوام ਦਾ ਖਿਆਲ ਕਰੋ 80% ਆਬਾਦੀ ਤੁਹਾਡੀ ਜਿਹੜੀ ਹੈ ਉਹ ਗੁਰਬਤ ਤੋਂ ਥੱਲੇ ਚਲੀ ਗਈ ਚੰਗਾ ਪਲਾ ਤੁਹਾਡਾ ਮੁਲਕ ਚਲਦਾ ਸੀ ਪਿਆ ਔਰ ਖੁਸ਼ਹਾਲ ਸੀ ਔਰ ਤੁਸੀਂ ਕਿੱਥੇ ਲੈ ਜਾਂਦਾ ਤੇ ਇਹ ਪੈਕਅਪ ਕਰੋ ਇਹ ਇੱਕ ਗੰਦ ਸਾਫ ਕਰੋ ਜਲਦੀ ਜਲਦੀ ਹਾਲਾਤ ਤੁਹਾਡੇ ਬਹੁਤ ਖਰਾਬੀ ਵੱਲ ਜਾ ਰਹੇ ਨੇ ਔਰ ਦਹਾਨੇ ਦੇ ਉੱਤੇ ਪਹੁੰਚ ਚੁੱਕੀ ਹੈ ਗੇਮ ਜ਼ਿਆਰੀ ਗਾਲਿਓ ਨਾ ਮਲਕਾਂ ਨੂੰ ਕਿਸੇ ਕਿਹਾ ਹੋਣਾ ਨਾ ਕਿ ਭਾਈ ਅਸੀਂ ਆ ਗੇਮ ਇਹਨਾਂ ਦੀ ਨੇੜੇ ਲੱਗੀ ਹੀ ਹੈ ਬਸ ਇੰਟੈਲੀਜੈਂਸ ਤੁਹਾਨੂੰ ਪਤਾ ਪੂਰੀ ਦੁਨੀਆ ਦੇ ਵਿੱਚ ਘੁੰਮ ਰਹੀ ਹੁੰਦੀ ਹੈ ਇਹ ਚੀਜ਼ਾਂ ਔਰ ਇਹ ਜਿਹੜੇ ਦੋ ਮੁਲਕ ਸੀ ਇਹਨਾਂ ਦੇ ਵਿੱਚ ਸਭ ਤੋਂ ਪਹਿਲੇ ਸਾਊਦੀ ਅਰੇਬੀਆ ਔਰ ਦੂਸਰਾ ਮੁਲਕ ਕਤਰ ਇਹਨਾਂ ਨੇ ਗੱਲ ਛੇੜੀ ਔਰ ਉਸ ਤੋਂ ਬਾਅਦ ਜਿਹੜਾ ਤੀਸਰਾ ਮੁਲਕ ਹੈ ਜਿਹੜਾ ਤੁਹਾਡਾ ਸਭ ਤੋਂ ਬਿਹਤਰੀਨ ਦੋਸਤ ਹੈ ਚਾਈਨਾ जिन्हें नवाज शरीफ दे आद स पैठ अरब डालर का अंदाजा लाओ भ एक अरब डालर आस्ते न्याजी की करता पाया उन्होंने नवाज शरीफ दे आन देते सठ पैंठ अरब डालर की सलामी नो दी नवाज शरीफ नाकिस्तान की आवाम कि तू आ गया और असी उस मुल्कू अ चलना क्योंकि वह समझते हैं कि पाकिस्तान की सलामती ਚਾਈਨਾ ਦੀ ਵੀ ਨਾਲ ਸਲਾਮਤੀ ਆ ਪਾਕਿਸਤਾਨ ਦਾ ਐਟਮੀ ਪ੍ਰੋਗਰਾਮ ਦੀ ਸਲਾਮਤੀ ਚਾਈਨਾ ਦੀ ਵੀ ਸਲਾਮਤੀ ਆ ਉਹ ਸਾਨੂੰ ਆਪਣਾ ਭਾਈ ਸਮਝਦੇ ਨੇ ਆਪਣਾ ਬਾਜ਼ੂ ਸਮਝਦੇ ਨੇ ਜਿਹੜੇ ਪਿਛਲੇ 3 ਸਾਲ ਤੋਂ ਸਾਡੇ ਨਾਲ ਵਾਕ ਆਊਟ ਕਰ ਚੁੱਕੇ ਨੇ ਕੱਟ ਆਫ ਕਰ ਚੁੱਕੇ ਨੇ ਸਿਰਫ ਇਹ ਮੁਰਾਦ ਸਾਹਿਦ ਵਰਗਿਆਂ ਦੀ ਵਜ੍ਹਾ ਤੋਂ ਇਹ ਤਿੰਨ ਮੁਲਕ ਜਿਹੜੇ ਨੇ ਇਹਨਾਂ ਦੇ ਨਾਲ ਇਸਟੈਬਲਿਸ਼ਮੈਂਟ ਨੇ ਬੈ ਕੇ ਮੁਬਈਨਾ ਤੌਰ ਤੇ ਫਿਰ ਸਾਰੀ ਗੱਲ ਕੀਤੀ ਆਪਣੇ ਦਿਲ ਦਾ ਵੀ ਹਾਲ ਦੱਸਿਆ ਕਿ ਸਾਡੀ ਇਹ ਇਹ ਚੀਜ਼ਾਂ ਨੇ ਤੇ ਮੀਆਂ ਸਭ ਸੁਭਾ ਆ ਜਾਣ ਗਲਤੀਆਂ ਹੋ ਜਾਂਦੀਆਂ ਮੁਲਕ ਵੀ ਡੁੱਬ ਗਿਆ ਤਨਹਾਵਾ ਜੋਗੇ ਵੀ ਪੈਸੇ ਨਹੀਂ ਉਹ ਤਜਰਬਾਕਾਰ ਆਦਮੀ ਹੈ ਉਹ ਇਹਨੂੰ ਸੰਭਾਲ ਸਕਦਾ ਹੈ ਤੇ ਕੋਈ ਸ਼ੱਕ ਨਹੀਂ ਲੇਕਿਨ ਸਾਡੀਆਂ ਇੱਕ ਦੋ ਚਾਰ ਚੀਜ਼ਾਂ ਨੇ ਤੇ ਇਹ ਬੱਠੀਕ ਹੈ ਆ ਜਾ ਉਹ ਫਿਰ ਜਿਹੜਾ ਚਾਇਨਾ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੀਆਂ ਆਏਗਾ ਅਸੀਂ 35 ਅਰਬ ਡਾਲਰ ਜਿਹੜਾ ਉਹ ਤੁਹਾਂ ਦੇਾਂਗੇ ਗੱਲ ਬੜੀ ਸੁਣਨ ਵਾਲੀ ਏ 35 ਅਰਬ ਡਾਲਰ 1 ਅਰਬ ਡਾਲਰ ਆਸਤੇ ਜ਼ਲਾਲਤ ਚੈੱਕ ਕਰੋ 1 ਅਰਬ ਡਾਲਰ ਆਸਤੇ ਜ਼ਲਾਲਤ ਚੈੱਕ ਕਰੋ ਜ਼ਰਾ ਕਿ ਐਟਮੀ ਪ੍ਰੋਗਰਾਮ ਖਤਰੇ ਚ ਪਾ ਦਿੱਤਾ ਤੇ ਚਾਇਨਾ ਕੀ ਕਹਿ ਰਿਹਾ ਕਿ ਮੀਆਂ ਜਦੋਂ ਆਏਗਾ 35 ਅਰਬ ਡਾਲਰ ਦੇਾਂਗੇ ਔਰ ਮੁਇਸ਼ਤ ਨੂੰ ਵੀ ਉਠਾਵਾਂਗੇ ਸੀ ਪੈਕ ਵੀ ਸਿੱਧਾ ਕਰਾਂਗੇ ਔਰ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਸ਼ਰਤ ਇਹ ਵੀ ਕਿ ਉਹ ਬੰਦਾ ਲੈ ਕੇ ਆਓ ਉਸ ਤੋਂ ਇਲਾਵਾ ਇਹ ਮੁਲਕ ਅੱਗੇ ਨਹੀਂ ਜਾ ਸਕਦਾ ਔਰ ਚਾਇਨਾ ਨੇ ਵੀ ਕਿਹਾ ਕਿ ਇਹਨੂੰ ਪੈਕਅਪ ਕਰ ਲਓ ਇਹ ਤਬਦੀਲੀ ਬਹੁਤ ਹੋ ਗਈ ਹੈ ਇਹਨੂੰ ਕਰੋ ਪੈਕਅਪ ਕੱਖ ਕੰਡਾ ਤੁਹਾਡੇ ਪੱਲੇ ਨਹੀਂ ਰਹਿ ਗਿਆ 1 ਅਰਬ ਡਾਲਰ ਆਸਤੇ ਤੁਸੀਂ ਭੀਕ ਮੰਗਦੇ ਫਿਰਦੇ ਹੋ 1 ਅਰਬ ਡਾਲਰ ਤੇ ਚైనా ਨੇ ਕਿਹਾ ਕਿ 35 ਅਰਬ ਡਾਲਰ ਦੇਾਂਗੇ ਮੀਆਂ ਨੂੰ ਸਲਾਮੀ ਤੇ ਤੁਹਾਡੇ ਮਸਲੇ ਵੀ ਹੱਲ ਹੋ ਜਾਣਗੇ ਸੀਪੈਕ ਦੁਬਾਰਾ ਸ਼ੁਰੂ ਕਰਾਂਗੇ ਤਰੱਕੀ ਦੀ ਰਫ਼ਤਾਰ ਜਿਵੇਂ ਅੱਗੇ ਚੱਲ ਰਹੀ ਸੀ ਉਂਝ ਕਰਾਂਗੇ ਤੁਹਾਡੀ ਮਹਿੰਸ਼ਤ ਵੀ ਠੀਕ ਕਰਾਂਗੇ ਔਰ ਨਾਲ ਹੀ ਸਾਊਦੀ ਅਰਬ ਨੇ ਵੀ ਕਿਹਾ ਕਿ ਅਸੀਂ ਵੀ 8-10 ਅਰਬ ਬਿਸਲਾਮੀ ਦੇਾਂਗੇ ਮੀਆਂ ਨੂੰ ਕਤਰ ਨੇ ਵੀ ਕਿਹਾ ਅਸੀਂ ਵੀ ਦੇਾਂਗੇ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਸਲਾਮੀ ਦੇ ਤੌਰ ਤੇ ਪੇਸ਼ ਕਰ ਦੇਾਂਗੇ ਮੀਆਂ ਨੂੰ ਤੁਸੀਂ ਇਹ ਤਬਦੀਲੀ ਪੈਕ ਕਰੋ ਇੱਕ ਗੱਲ ਬਹੁਤ ਅੱਗੇ ਨਿਕਲ ਚੁੱਕੀ ਹੈ ਤੇ ਅਸੀਂ ਨਹੀਂ ਚਾਹਦੇ ਕਿ ਪਾਕਿਸਤਾਨ ਦਾ ਇਹਨਾਂ ਨੁਕਸਾਨ ਹੋ ਜਾ ਕਿ ਐਟਮੀ ਪ੍ਰੋਗਰਾਮ ਜਿਹੜਾ ਚੁੱਕ ਲੈ ਜਾਣ ਕਿ ਖਤਰਾ ਇਹ ਤੁਸੀਂ ਸੰਭਾਲ ਨਹੀਂ ਸਕਦੇ ਤੇ ਇਹ ਉਹ ਤਿੰਨ ਮਮਾਲਕ ਨੇ ਜਿਨ੍ਹਾਂ ਦੇ ਨਾਲ ਬਹਿ ਕੇ ਮਬਈਨਾ ਤੌਰ ਤੇ ਸਟੈਬਲਿਸ਼ਮੈਂਟ ਨੇ ਇਹ ਸਾਰੀ ਸਿਸਟਮ ਜਿਹੜਾ ਕੀਤਾ ਔਰ ਉਸ ਤੋਂ ਬਾਅਦ ਮੀਆਂ ਸਾਹਿਬ ਨੇ ਕਿਹਾ ਕਿ ਮੈਂ ਬਹੁਤ ਜਲ ਜਿਹੜਾ ਇਹ ਆ ਰਿਹਾ ਔਰ ਇਹ ਤਿੰਨ ਮਾਮਾਲਕ ਜਿਹੜੇ ਨੇ ਇਹ ਵੀ ਸਮਝ ਜene ਔਰ ਉਹ ਸਟੈਬਲਿਸ਼ਮੈਂਟ ਵੀ ਜਿਹੜੀ ਉਹ ਸਮਝਦੀ ਹੈ ਕਿ ਮੀਂਹ ਦੇ ਨਾਲ ਜਾਣੇ ਅਣਜਾਣੇ ਦੇ ਵਿੱਚ ਗਲਤੀ ਜ਼ਿਆਤੀ ਹੋ ਚੁੱਕੀ ਹੈ ਔਰ ਉਸ ਜ਼ਿਆਤੀ ਦਾ ਅਜ਼ਾਲਾ ਕਿਸ ਤਰ੍ਹਾਂ ਹੋਣਾ ਇਹ ਵੀ ਚੰਦ ਦਿਨਾਂ ਤੋਂ ਬਾਅਦ ਚੰਦ ਹਫ਼ਤਿਆਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਤਰ੍ਹਾਂ ਉਹ ਜ਼ਿਆਤੀ ਜਿਹੜੀ ਹੈ ਨਿਵਾਸ਼ੀ ਸਿੰਘ ਸਾਹਿਬ ਦੇ ਨਾਲ ਕੀਤੀ ਗਈ ਉਹਦਾ ਅਜ਼ਾਲਾ ਕਿਸ ਤਰ੍ਹਾਂ ਹੋਏਗਾ ਇਹ ਵੀ ਬਹੁਤ ਜਲਦ ਸામਨੇ ਆ ਜਾਏਗਾ ਤੇ ਇਹ ਉਹ ਤਿੰਨ ਮਮਾਲਕ ਨੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਮੀਏ ਦੇ ਆਣ ਤੇ ਤੁਹਾਨੂੰ ਇੰਨੇ ਕੁ ਡਾਲਰ ਦੇ ਦੇ ਛੜਾਂਗੇ ਕਿ ਤੁਹਾਡਾ ਸਾਰਾ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ ਤੇ ਵਾਪਸ ਵੀ ਨਾ ਕਰਿਆ ਜੇ ਤੁਸੀਂ ਅੰਦਾਜ਼ਾ ਲਾ ਲਓ ਇੱਕ ਲੀਡਰ ਦੀ ਸਲਾਮੀ ਚੈੱਕ ਕਰੋ ਕਿ ਉਹ ਕੀ ਸਮਝਦੇ ਨੇ ਚੈਨਾ ਵਾਲੇ ਤੁਰਕ ਆਪਣਾ ਤੁਹਾਡੇ ਕਤਰ ਵਾਲੇ ਔਰ ਸਾਊਦੀ ਅਰੇਬੀ ਵਾਲੇ ਸਮਝਿਓ ਕਣੇ ਸਲਾਮੀ ਦੇ ਵਿੱਚ 1 ਅਰਬ ਡਾਲਰ ਉਹ ਦੇ ਦੇਣਗੇ ਤੇ ਇਹ 1 ਅਰਬ ਡਾਲਰ ਪਿੱਛੇ ਕੀ ਪਿਆ ਕਰਦਾ ਜੀ ਕੀ ਕੀ ਹਸ਼ਰ ਕਰ ਛੋੜਿਆ 1 ਅਰਬ ਡਾਲਰ ਪਿੱਛੇ ਇਹ ਫਰਕ ਹੁੰਦਾ ਹੈ ਲੀਡਰਾਂ 'ਚ ਤੇ ਨੌ ਸਰਬਾਜ਼ਾਂ 'ਚ ਤੇ ਇਸ ਵਾਸਤੇ ਮਿਠਿਓ ਨਵਾਜ਼ ਸ਼ਰੀਫ ਜਿਹੜਾ ਉਹ ਆ ਰਿਹਾ ਔਰ ਬੜੇ ਗਨ ਗਰੇਸ਼ ਦੇ ਨਾਲ ਆ ਰਿਹਾ ਔਰ ਆ ਕੇ ਤੇ ਨਵਾਜ਼ ਸ਼ਰੀਫ ਜਿਹੜਾ ਉਹਨੇ ਹੀ ਪਾਕਿਸਤਾਨ ਨੂੰ ਸੰਭਾਲਣਾ ਅਸਟੈਂਪ ਪਾਕਿਸਤਾਨ ਨੂੰ ਨਵਾਸ਼ ਸ਼ਹੀਫ ਦੀ ਜ਼ਰੂਰਤ ਹੈ ਉਸ ਤੋਂ ਇਲਾਵਾ ਇਹ ਮੁਲਕ ਅੱਗੇ ਨਹੀਂ ਜਾ ਸਕਦਾ ਸਾਰਿਆਂ ਨੇ ਆਪਣੇ ਤਜਰਬੇ ਕਰਕੇ ਵੇਖ ਲੈਨੇ ਗੱਲ ਇੱਥੇ ਹੀ ਮੁਕਦੀ ਏ ਕਿ ਇਹ ਮੁਲਕ ਜਿਹੜਾ ਇਹ ਨਵਾਸ਼ ਸ਼ਹੀਫ ਇਚਲਾ ਸਕਦਾ ਕਿਉਂਕਿ ਤਿੰਨ ਦਫਾ ਦਾ ਉਜ਼ੀਰ ਆਜ਼ਮ ਹੈ ਔਰ ਉਹਦੇ ਕੋਲ ਹੀ ਸਾਰੇ ਗੁਰ ਨੇ ਔਰ ਉਹਦੀ ਉਹ ਸ਼ਖਸੀਅਤ ਹੈ ਜਿਹਦੇ ਉੱਤੇ ਚਾਈਨਾ ਵਰਗੇ 65 ਅਰਬ ਡਾਲਰ ਦੇ ਦਿੰਦੇ ਨੇ ਔਰ ਅੱਗੋਂ ਵੀ ਹੋਣਾ ਦੇਣੇ ਨੇ ਅਵਾਮੇ ਪਾਕਿਸਤਾਨ ਨੂੰ ਤੋਹਫਾ ਬਜ਼ਰੀਆ ਨਵਾਸ਼ ਸ਼ਰੀਫ